ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਦੇ ਖਿਲਾਫ ਸੀਬੀਆਈ ਦੀ ਅਦਾਲਤ ਵਿੱਚ ਚੱਲ ਰਹੇ ਇੱਕ ਮਾਮਲੇ ਦੀ ਸੁਣਵਾਈ 25 ਅਗਸਤ ਨੂੰ ਹੋਣੀ ਤੈਅ ਹੈ। ਇਸ ਨੂੰ ਦੇਖਦੇ ਹੋਏ ਡੇਰਾ ਪ੍ਰੇਮੀ ਸਰਕਾਰ ਤੇ ਦਬਾਅ ਬਣਾਉਣ ਵਿੱਚ ਜੁਟ ਗਏ ਹਨ। ਲੁਧਿਆਣਾ ਦੇ ਪਿੰਡ ਗਹੌਰ ਵਿੱਚ ਡੇਰਾ ਸੱਚਾ ਸੌਦਾ ਨਾਮ ਚਰਚਾ ਘਰ ਵਿੱਚ ਅੱਜ ਵੱਡੀ ਗਿਣਤੀ 'ਚ ਡੇਰਾ ਪ੍ਰੇਮੀ ਇਕੱਠੇ ਹੋਏ ਅਤੇ ਉਹਨਾਂ ਨੇ ਇਸ ਮਾਮਲੇ ਨੂੰ ਝੂਠਾ ਕਰਾਰ ਦਿੰਦੇ ਹੋਏ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਫੈਸਲਾ ਉਹਨਾਂ ਦੇ ਸੰਤਾਂ ਦੇ ਖਿਲਾਫ ਆਇਆ ਤਾਂ ਮਾਹੌਲ ਖਰਾਬ ਹੋਣਾ ਲਾਜ਼ਮੀ ਹੈ ਅਤੇ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਜੋ 2002 ਮੇਂ ਜੋ ਗੁਮਨਾਮ ਚਿੱਠੀ ਆਈ ਥੀ ਉਸਕੋ ਕੇਸ ਬਣਾਕਰ CBI ਨੇ ਅਭੀ ਤੱਕ ਜਾਂਚ ਚੱਲ ਰਹੀ ਹੈ ਔਰ ਬਾਰ ਬਾਰ ਕੇਸ ਪਰ ਕੇਸ ਦਰਜ ਤਾਰੀਖ ਪਰ ਤਾਰੀਖ ਚੱਲ ਰਿਹਾ ਹੈ ਰੂਟੀਨ ਮੇਂ ਤਾਰੀਖ ਚੱਲ ਰਹੀ ਹੈ ਉਸਕਾ ਫੈਸਲਾ 25 ਤਾਰੀਖ ਕੋ ਆਨੇ ਜਾ ਰਹਾ ਹੈ। ਉਸ 25 ਤਾਰੀਖ ਕੇ ਫੈਸਲੇ ਕੇ ਲਈ ਹਮ ਸਾਧ ਸੰਗਤ ਯਹਾਂ ਬੈਠੇ ਹੈ ਆਜ ਹਮ ਸਾਧ ਸੰਗਤ ਸੇ ਰਾਏ ਲੈਣੇ ਕੇ ਲਈ ਆਏ ਹੈਂ ਸਾਧ ਸੰਗਤ ਕਿਆ ਚਾਹਤੀ ਹੈ ਸਾਧ ਸੰਗਤ ਮੇਂ ਪੂਰਾ ਜੋਸ਼ ਹੈ ਉਤਸ਼ਾਹ ਹੈ ਸਾਧ ਸੰਗਤ ਆਪਣੇ ਗੁਰੂ ਕੇ ਲਈ ਕੁਛ ਵੀ ਕਰ ਸਕਦੀ ਹੈ ਆਪਣੀ ਜਾਨ ਤੱਕ ਵਾਰ ਸਕਦੀ ਹੈ ਕੁਛ ਵੀ ਕਰ ਸਕਦੀ ਹੈ। ਆਜ ਸਾਧ ਸੰਗਤ ਸੇ ਪੁੱਛਦੇ ਹੈ ਸਾਧ ਸੰਗਤ ਕਿਆ ਚਾਹਤੀ ਹੈ ਕਿਆ ਕਰ ਰਹੀ ਹੈ ਉਹ ਸਾਧ ਸੰਗਤ ਹੀ ਬਤਾਏਗੀ। CBI ਨੇ ਗੁਮਨਾਮ ਚਿੱਠੀ ਕੋ ਆਧਾਰ ਬਣਾਕਰ ਝੂਠਾ ਪਰਚਾ ਬਣਾਇਆ ਔਰ ਡੇਰੇ ਕੇ ਸਭੀ ਤਰ੍ਹਾਂ ਕੀ ਇਨਕੁਆਇਰੀ ਹੋ ਚੁੱਕੀ ਹੈ ਪਰ ਫਿਰ ਵੀ ਉਹ ਗਲਤ ਪੇ ਗਲਤ ਪਰਚਾ ਬਣਾ ਰਹੇ ਹੈ ਬਾਰ ਬਾਰ ਬਣਾ ਰਹੇ ਹੈ ਔਰ ਗੁਰੂ ਜੀ ਕੀ ਰੋਜ਼ ਤਾਰੀਖੇ ਡਲਵਾ ਰਹੇ ਹੈ ਜਿਸ ਨਾਲ ਸਾਧ ਸੰਗਤ ਦਾ ਪੂਰਾ ਜੋਸ਼ ਹੈ ਪੂਰਾ ਰੋਸ਼ ਹੈ ਔਰ ਸਾਧ ਸੰਗਤ ਸੜਕੋਂ ਪੇ ਆ ਕੇ ਬੈਠ ਜਾਤੀ ਹੈ ਗੁੱਸੇ ਮੇਂ ਬੈਠੀ ਹੈ ਉਹ ਕੁਛ ਵੀ ਕਰ ਸਕਤੀ ਹੈ ਇਸਕੇ। ਲੁਧਿਆਣਾ ਤੋਂ ਜਾਗਰਤੀ ਲਹਿਰ ਲਈ ਬਗਰਾਜ ਖੰਨਾ ਦੀ ਰਿਪੋਰਟ।